ਹਾਂਜੀ ਅਸਲਾਮੁਆਲੇਕ ਸਭ ਨੂੰ ਮੈਂ ਹਾਦਲ ਜਮਾਲ ਤੁਸੀਂ ਦੇਖ ਰਹੇ ਹੋ ਪੀਸੀ ਰੂਨੀਆਂ ਵੀ ਲੋ ਜੀ ਅੱਜ ਦੀ ਨਿਊਜ਼ ਦੇ ਨਾਲ ਹਾਜ਼ਰ ਹਾਂ ਮੈਂ ਅੱਜ ਦੀ ਨਿਊਜ਼ ਤੁਹਾਡੇ ਅੱਗੇ ਪੇਸ਼ ਕਰਾਂਗਾ ਉਸ ਤੋਂ ਬਾਅਦ ਮੈਂ ਪੇਸ਼ ਕਰਾਂਗਾ ਤੁਹਾਡੇ ਅੱਗੇ ਅੱਜ ਦੀ ਰਿਪੋਰਟ ਵੀ ਉਹਦੇ ਤੋਂ ਪਹਿਲੇ ਮੈਂ ਤੁਹਾਨੂੰ ਸਭ ਨੂੰ ਈਦ ਮੁਬਾਰਕ ਕਹਿਣਾ ਚਾਹਾਂਗਾ ਦਿਲ ਦੀ ਦਿਲ ਦੀਆਂ ਤਾਰਾਂਆਂ ਤੋਂ ਇਸ ਕਰਕੇ ਇਹ ਈਦ ਸਪੈਸ਼ਲ ਹੈ ਕਿਉਂਕਿ ਇਹ ਈਦ ਉਸ ਚੰਦ ਈਦਾਂ ਵਿੱਚੋਂ ਹੈਗੀ ਹੈ ਜਿਹੜੀ ਕਿ ਪਾਕਿਸਤਾਨ ਇੰਡੀਆ ਔਰ ਸਾਰੀ ਦੁਨੀਆ ਤੇ ਇੱਕ ਦਿਨ ਹੀ ਮਨਾਈ ਜਾਂਦੀ ਹੈ ਕਿਉਂਕਿ ਨਾਰਮਲੀ ਜਿਹੜੇ ਕੰਟਰੀਆਂ ਆਪਣਾ ਨਿਜ਼ਾਮ ਰੱਖਿਆ ਹੈ ਚੰ ਦੇਖਣ ਦਾ ਉਹਨਾਂ ਦੀ ਇੱਕ ਦਿਨ ਈਦ ਲੇਟ ਹੋ ਹੀ ਜਾਂਦੀ ਹੈ ਲੇਕਿਨ ਇਸ ਵਾਰੀ ਇੱਕ ਮੌਜੂਜ਼ੇ ਸਮੇ ਲੋ ਇੱਕ ਮੈਰੀਕਲ ਸਮੇ ਲੋ ਕੇ ਸਾਰੀ ਦੁਨੀਆ ਤੇ ਤਕਰੀਬਨ ਈਦ ਇੱਕੋ ਦਿਨ ਹੀ ਮਨਾਈ ਜਾ ਰਹੀ ਔਰ ਇਹ ਬਹੁਤ ਅਚੀ ਚੀਜ਼ ਹੈ ਇਸ ਕਰਕੇ ਈਦ ਸਪੈਸ਼ਲ ਹੈ ਕਿਉਂਕਿ ਇਹ ਤੁਫਾਨ ਮਾਰੀ ਤੁਸੀਂ ਪਾਕਿਸਤਾਨ ਮਾਰੋ ਇੰਡੀਆ ਮਾਰੋ ਤੁਥ ਕਹਿੰਦੇ ਨਹੀਂ ਜੀ ਸੀਗੇ ਤੁਹਾਨੂੰ ਮੁਬਾਰਕ ਸਾਡੀ ਈਦ ਕੱਲ ਹੈ ਉਹਨ ਕੀ ਸੀ ਇਹ ਗੱਲ ਕੋਈ ਨਹੀਂ ਕਹਿਣ ਲੱਗਾ ਕਿ ਸਾਡੀ ਈਦ ਕੱਲ ਹੈ ਸਭ ਦੀ ਹੀਟ ਕਰ ਲੋ ਬਈ ਇਸ ਕਰਕੇ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕ ਤੇ ਜਿਹੜੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਵੀਡੀਓ ਦੀ ਵੱਧ ਵੱਧ ਸ਼ੇਅਰ ਕਰਨਾ ਤੇ ਨਿਊਜ਼ ਸ਼ੁਰੂ ਕਰਦੇ ਆਂ ਅੱਜ ਦੀ ਨਿਊਜ਼ ਦੇ ਸ਼ੁਰੂ ਸ਼ੁਰੂ ਕਰਦੇ ਆਂ ਅੱਜ ਦੀ ਕੋਵਿਡ-19 ਤੋਂ ਕੋਵਿਡ-19 ਦੇ ਕੇਸ ਇਸ 660 ਨੱਤਰ ਹੋਏ ਨੇ ਟੋਟਲ ਲੇਕਿਨ ਇਹਦੇ ਦੋ ਪਾਰਟ ਜਿਹੜੇ ਨੇ ਜਨਨ ਕਿ ਤੀਸਰਾ ਹਿੱਸਾ ਸਾਰੇ ਇਟਲੀ ਜੋ ਹੈ ਦੋ ਪਾਰਟ ਜਿਹੜੇ ਨੇ ਸਿਰਫ ਲੰਬਾਰ ਦੇ ਵਿੱਚ ਹੋਏ ਨੇ 441 ਕੇਸ ਸਿਰਫ ਲੰਬਾਰ ਦੇ ਵਿੱਚ ਹੋਏ ਨੇ ਤੇ ਇਹ ਬਹੁਤੀ ਅਫਸੋਸਨਾਕ ਗੱਲ ਹੈ ਕਿ ਸਿਰਫ 441 ਕੇਸਿਸ ਹੋਣੇ ਲੰਬਾਰਡੀ ਦੇ ਵਿੱਚੋਂ ਕਿਉਂਕਿ ਉਹਦੇ ਵਿੱਚ ਕੇਸਿਸ ਘਟ ਨਹੀਂ ਰਹੇ ਹੈ ਕੇਸਿਸ ਵੱਧ ਰਹੇ ਨੇ ਔਰ 2120 ਬੰਦੇ ਜਿਹੜੇ ਨੇ ਰਿਕਵਰ ਹੋ ਸਕੇ ਨੇ ਔਰ ਪੰਜ ਰੀਜਨ ਨੇ ਜਿਨ੍ਹਾਂ ਦੇ ਵਿੱਚ ਜ਼ੀਰੋ ਕੇਸਿਸ ਕੋੰਦਾਜੀ ਹੋਇਆ ਹੈ ਉਹਨਾਂ ਦੇ ਵਿੱਚ ਇੱਕ ਰੀਜਨ ਹੈ ਜਿਹਨਾਂ ਵਿੱਚ ਜ਼ੀਰੋ ਕੋੰਦਾਜੀ ਹੋਈ ਹੈ ਉਹਨਾਂ ਦੇ ਵਿੱਚ ਇੱਕ ਰੀਜਨ ਹੈ ਸ਼ੀਸ਼ਲੀਆ ਵੀ ਹੈ ਸ਼ੀਸ਼ਲੀਆ ਰੀਜਨ ਨੇ ਸ਼ੀਸ਼ਲੀਆ ਪਹਿਲੀ ਵਾਰੀ ਇਹਦੇ ਵਿੱਚ ਜ਼ੀਰੋ ਕੇਸ ਹੋਇਆ ਹੈ ਇਹਦੇ ਤੋਂ ਪਹਿਲੇ ਕਦੀ ਵੀ ਜ਼ੀਰੋ ਕੇਸ ਰੀਜਨਾਂ ਸ਼ੀਸ਼ਲੀਆ ਦੇ ਵਿੱਚ ਨਹੀਂ ਹੋਇਆ ਤੇ ਪੰਜ ਰਿਜਿਓਨਾਂ ਵਿੱਚੋਂ ਇੱਕ ਚੀਜ਼ ਲਈ ਆਵੇ। ਇਹ ਤੋਂ ਇਲਾਵਾ ਤਿੰਨ ਰਿਜਿਓਨ ਐ ਉਹ ਨੇ ਜਿਨ੍ਹਾਂ ਨੂੰ ਕੋਵਿਡ-19 ਤੋਂ ਵਜਨ ਅਜਿਹੇ ਕਿ ਲਾਕਡਾਊਨ ਵਗੈਰਾ ਚੱਲ ਰਿਹਾ ਸੀ ਉਹ ਉਹਨਾਂ ਦਾ ਰਿਮੂਵ ਨਹੀਂ ਹੋਵੇਗਾ। 3 ਦੋ ਜੂਨ ਤੋਂ ਬਾਅਦ ਵੀ ਉਹਨਾਂ ਦੇ ਬਾਅਦ ਸੋਚ ਵਿਚਾਰ ਕੀਤੀ ਜਾ ਰਹੀ ਹੈ ਇੱਕ ਨੰਬਰ ਦਾ ਹੈ ਲੰਬਾਰਡੀ ਐ ਦੂਸਰੇ ਨੰਬਰ ਦਾ ਐ ਪੀਓਮੋਂਟ ਐ ਔਰ ਤੀਸਰੇ ਨੰਬਰ ਦਾ ਹੈ ਸੋਚ ਵਿਚਾਰ ਹੋ ਰਹੀ ਹੈ ਕਿ ਬਨੇਤ ਤੋਂ ਤਵੀ ਲੰਬ ਜਿਹੜਾ ਲੌਕਡਾਊਨ ਹੈ ਇਹ ਪ੍ਰੋਪਰ ਮੁਕੰਮਲ ਤੌਰ ਤੇ ਲਿਫਟ ਕੀਤਾ ਜਾਏ ਕਿ ਨਹੀਂ ਬਾਕੀ ਸਾਰੇ ਰੀਜਨ ਨੂੰ ਆਜ਼ਾਦੀ ਹੋਵੇਗੀ 3 ਜੂਨ ਤੋਂ ਬਾਅਦ ਲੇਕਿਨ ਇਹਨਾਂ ਦੇ ਬਾਰੇ ਦੁਬਾਰਾ ਸੋਚਿਆ ਜਾ ਰਿਹਾ ਹੈ ਖਾਸ ਕਰ ਲਬਾਰਦੀ ਦੇ ਬਾਰੇ ਜਿੱਥੇ ਕੇਸ ਘਟ ਨਹੀਂ ਰਿਹਾ ਉਲਟੇ ਫੇਰ ਵਧਣਾ ਸ਼ੁਰੂ ਹੋ ਗਏ ਨੇ ਕਿਉਂਕਿ بڑے ਸ਼ਹਿਰ ਨੇ ਔਰ ਸੋਸ਼ਲ ਡਿਸਟੈਂਸ ਬੰਦੇ ਇੱਕ ਦੂਜੇ ਤੋਂ ਪ੍ਰੋਪਰ ਨਹੀਂ ਰੱਖ ਰਹੇ ਇਸ ਕਰਕੇ ਬੇਤਿਆਤੀ ਦਵਜਨ ਨਾਲ ਇਹ ਕੇਸਿਸ ਵਧਣ ਦਾ ਹੱਦਾਂ ਵੱਧ ਗਿਆ ਫੇਰ ਫਿਰ ਇਹਦੇ ਤੋਂ ਬਾਅਦ ਗੱਲ ਕਰੀਏ ਜੇਸੀ ਸਪੇਨ ਦੀ ਤੇ ਸਪੇਨ ਦੇ ਵਿੱਚ 10 ਸਾਲ ਦਾ ਸੋਗ ਰੱਖਿਆ ਗਿਆ ਉਹਨਾਂ ਲੋਕ ਬਣੇ ਨੇ ਯਾਦਾਂ ਵਿੱਚ ਜਿਹੜੇ ਬੰਦੇ ਦੁਨੀਆ ਤੋਂ ਇਸ ਵਿਵਾਦ ਦੀ ਵਜ੍ਹਾ ਨਾਲ ਚਲੇ ਗਏ ਨੇ 10 ਦਿਨ ਦਾ ਸੋਗ ਦਾ ਐਲਾਨ ਕੀਤਾ ਗਿਆ ਸਪੇਨ ਦੇ ਵਿੱਚ ਫਿਰ ਇਹਦੇ ਤੋਂ ਇਲਾਵਾ ਗੱਲ ਕਰੀ ਆਖਰ ਤੱਕ ਸੀ ਇੱਕ 4 ਸਾਲ ਦੇ ਬੱਚੇ ਦੀ ਜਿਸ ਨਾਮ ਨੂੰ ਬੇਤਿਆਨੀ ਆ ਬੇਤਿਆਤੀ ਦੀ ਵਜ੍ਹਾ ਨਾਲ ਇਸ ਦੁਨੀਆ ਤੋਂ ਜਾਣਾ ਪਿਆ ਜਿਹੜਾ ਕਿ ਆਪਣੇ ਹੀ ਕਰਦੇ ਨੀਜੀ ਪ੍ਰਾਈਵੇਟ ਪਿਸ਼ੀਨੇ ਵਿੱਚ ਪਿਸ਼ੀਨਾ ਤੁਮਰਾਜ ਜੀ ਨੇ ਕੇスイਮਿੰਗ ਪੂਲ ਹੁੰਦਾ ਜਿਹੜਾ ਉਹਦੇ ਵਿੱਚ ਡੁੱਬ ਕੇ ਤੇ ਮਰ ਗਿਆ ਬੱਚਾ ਘਰ ਦੇ ਦੀ ਬੇਤਿਆਤੀ ਬੇਤਿਆਨੀ ਦੀ ਵਜਨਲ ਪਿਸ਼ੀਨੇ ਦੇ ਨਜ਼ਦੀਕ ਸਵੀਮਿੰਗ ਪੂਲ ਦੇ ਨਜ਼ਦੀਕ ਹੈ ਉਹਦੇ ਵਿੱਚ ਗਿਰਿਆ ਔਰ ਉਹਦੇ ਵਿੱਚ ਡੁੱਬ ਕੇ ਫੋਟ ਹੋ ਗਿਆ ਹੈ ਰੈਸਕਿਊ ਵਾਲੇ ਆਏ ਨੇ ਮਦਦ ਵਾਲੇ ਆਏ ਨੇ ਉਹਨਾਂ ਨੇ ਉਸ ਹਸਪਤਾਲ ਸੰਤਾਨਾ ਲੈ ਕੇ ਗਏ ਨੇ ਲੇਕਿਨ ਬੇਸੂਦ ਬੇਫਾਇਦਾ ਰਿਹਾ ਸਭ ਕੁਝ ਕਿਉਂਕਿ ਬੱਚਾ ਪਹਿਲੇ ਹੀ ਦਮ ਤੋੜ ਚੁੱਕਿਆ ਸੀ ਤੇ ਹਰ ਬੰਦੇ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦਾ ਇhtiyat ਕਰੋ ਬੱਚਿਆਂ ਦਾ ਧਿਆਨ ਕਰੋ ਕਿਉਂਕਿ ਸਾਰੇ ਬੰਦੇ ਇਹ ਕਹਿੰਦੇ ਨੇ ਸਾਡੇ ਬੱਚੇ ਨੂੰ ਕੁਝ ਨਹੀਂ ਹੋਣਾ ਇਹ ਵੀ ਸਭ ਫੈਮਿਲੀ ਇਹ ਹੀ ਸੋਚਦੀ ਸੀ ਸਾਡੇ ਬੱਚੇ ਨੂੰ ਕੀ ਹੋਣਾ ਲੇਕਿਨ ਜਦ ਕੁਝ ਮੁਸੀਬਤ ਪੈਣੀ ਹੁੰਦੀ ਹੈ ਪਤਾ ਨਹੀਂ ਹੁੰਦਾ ਨਾ ਇਸ ਕਰਕੇ ਬੱਚਿਆਂ ਦਾ ਕਸੂਰ ਨਹੀਂ ਹੁੰਦਾ ਉਹਨਾਂ ਨੂੰ ਦੇਖਭਾਲ ਕਰਨ ਵਾਲੇ ਉਹਦੇ ਮਾਪੇ ਨੇ ਉਹਨਾਂ ਦੇ ਰਿਸਪੋਨਸੀਬਲ ਜਿਹੜੇ ਉਹਨਾਂ ਦਾ ਕਸੂਰ ਹੁੰਦਾ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਰਿਪੋਰਟ ਤੇ ਬੋਨਸ ਜਿਹਨਾਂ ਦੇ ਪੈਣਾ ਪਾਈ ਯਾਰ ਦੋਸਤਾਂ ਦੇ ਜਿਨ੍ਹਾਂ ਨੇ ਰਹਿਮ ਦਾ ਦਮਾਂ ਦਾ ਕਰ ਦਿੱਤਾ ਕਮੈਂਟ ਦੇ ਵਿੱਚ ਜ਼ਰੂਰ ਮੈਨੂੰ ਦੱਸੋ ਔਰ ਜਿਨ੍ਹਾਂ ਨੂੰ ਬੋਨਸੇ ਚੈਨ ਤੋਂ ਆਇਆ ਬਰੋ ਇਸ ਮਹੀਨੇ ਦਾ ਆ ਗਿਆ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਬਾਕੀਆਂ ਨੂੰ ਵੀ ਪੈਣਾ ਪਈ ਯਾਰ ਦੋਸਤਾਂ ਨੂੰ ਇਧਰੋਂ ਹੌਸਲਾ ਹੁੰਦਾ ਹੈ ਕਿ ਯਾਰ ਹਾਂ ਵੀ ਬਾਕੀ ਦਮਾਉਂਦੇ ਹੋਣੇ ਰਵੇ ਔਰ ਵਾਹ ਹਾਂ ਵਾਕੇ ਹੀ ਪੈਸੇ ਆ ਰਹੇ ਨੇ ਕਿਉਂਕਿ ਕੁਝ ਬੰਦੇ ਨੂੰ ਜਿਵੇਂ ਮੇਰੇ ਵਰਗੇ ਨੇ ਜਿਵੇਂ ਕਿ ਮੈਨੂੰ ਵੀ ਕੋਈ ਪੈਸਾ ਨਹੀਂ ਆਇਆ ਕੁਝ ਬੰਦੇ ਨੂੰ ਪੈਸੇ ਨਹੀਂ ਆਏ ਹੋ ਜਦੋਂ ਦੇਖਣਗੇ ਬਾਕੀ ਨੂੰ ਆਏ ਨੇ ਤਾਂ ਉਹਨਾਂ ਨੂੰ ਵੀ ਹੌਸਲਾ ਹੋ ਜਾਏਗਾ ਕਿ ਅੱਜ ਕੱਲ੍ਹ ਪਰਸੋਂ ਤੱਕ ਉਹਨਾਂ ਦੇ ਵੀ ਪੈਸੇ ਆ ਜਾਣਗੇ ਤੇ ਗੱਲ ਕਰੀਏ ਕੰਟਰੀਆਂ ਦੀ ਦੇ ਸਭ ਤੋਂ ਪਹਿਲੇ ਅਸੀਂ ਜਿਵੇਂ ਗੱਲ ਕਰਦੇ ਹੁੰਦੇ ਆ ਅਫਗਾਨਿਸਤਾਨ ਦੀ ਅਫਗਾਨਿਸਤਾਨ ਦੇ ਵਿੱਚ ਕੇਸਿਸ ਜਿਹੜੇ ਨੇ ਤਕਰੀਬਨ 10000 ਕੇਸਿਸ ਹੋ ਗਏ ਨੇ ਇਨਫੈਕਟਿਡ ਬੰਦੇ ਆ ਦੇ 9998 ਕੇਸਿਸ ਹੋ ਗਏ ਨੇ ਇਹਨਾਂ ਦੇ 10000 ਨੂੰ ਟੱਚ ਕਰ ਗਿਆ ਅਫਗਾਨਿਸਤਾਨ ਵਿੱਚ 782 ਐਕਟਿਵ ਕੇਸਿਸ 216 ਬੰਦੇ ਜਿਹੜੇ ਫੌਟ ਹੋ ਚੁੱਕੇ ਨੇ 11 ਬੰਦੇ ਆ ਪਿਛਲੇ 24 ਕੰਨੇ ਫੌਟ ਹੋ ਨੇ 1000 ਦਾ ਚੀਫਰ ਅਫਗਾਨਿਸਤਾਨ ਵੀ ਟੱਪ ਚੁੱਕਿਆ ਹੈ ਔਰ ਅਫਗਾਨਿਸਤਾਨ 1040 ਬੰਦੇ ਰਿਕਵ 1040 ਦਾਫੀਰਾ ਚਾਪਚ ਗਿਆ ਰਿਕਵਰ ਬੰਦੇਆਂ ਦੇ ਲਈ ਜਿਹੜੇ ਰਿਕਵਰ ਹੋ ਗਏ ਸੇ ਇਤਿਆਬ ਹੋ ਚੁੱਕੇ ਨੇ 19 ਬੰਦੇ ਸਖਤ ਬਿਮਾਰ ਨੇ ਗੱਲ ਗਰੀਬ ਪਾਕਿਸਤਾਨ ਦੀ ਤੇ ਪਾਕਿਸਤਾਨ ਜਿਹੜਾ ਵੇ ਅਜੇ ਵੀ 19ਵੇਂ ਨੰਬਰ ਤੇ ਹੈ 52000 ਜੀ ਆਜ਼ਾਦ ਚਿਫਰਾ ਰੱਪ ਚੁੱਕੇ ਪਾਕਿਸਤਾਨ 52400 ਸੈਂਟੀ ਸਤਾਰਨ ਸੋ 43 ਬੰਦੇ ਜਿਹੜੇ ਨੇ ਇਹ ਇਨਫੈਕਟਿਡ ਨੇ ਅੱਜ ਦੇ ਪਿਛਲੇ ਜੋ ਵੀ ਘੰਟਾ ਨੇ 1100 ਇੱਕ ਬੰਦਾ ਫੋਟ ਹੋ ਚੁੱਕਿਆ ਚੌਥੀ ਬੰਦੇ ਅੱਜ ਤੱਕ ਇਸ ਨੇ 16653 ਬੰਦੇ ਜਿਹੜੇ ਰਿਕਵਰ ਹੋ ਚੁੱਕੇ ਨੇ 111 ਸਖਤ ਬਿਮਾਰ ਹੈ ਪਾਕਿਸਤਾਨ ਦੇ ਵਿੱਚ ਗੱਲ ਕਰੀ ਟਾਪਲੀਆਂ ਕੰਟਰੀਆਂ ਦੀ ਟਾਪਲੀਆਂ ਕੰਟਰੀਆਂ ਵਿੱਚ ਯੂ ਐਸ اے ਟਾਪ ਦੀ ਹੈ ਜਿੱਦੋਂ ਕੋਈ ਕਾਟ ਨਹੀਂ ਸਕਦਾ ਵੀ ਸੋ ਸਾਰੀ ਦੁਨੀਆ ਦਾ ਤੋਂ ਪਹਿਲੇ ਦੱਸ ਦਿਆਂ ਤੁਹਾਨੂੰ ਕਿ 53 ਲੱਖ 69065 ਬੰਦੇ ਹੋ ਗਏ ਨੇ ਇਨਫੈਕਟਿਡ 345000 396 ਮੌਤ ਦਾ ਸ਼ਿਕਾਰ ਹੋ ਚੁੱਕੇ ਨੇ ਵਫਾਤ ਪਾ ਚੁੱਕੇ ਨੇ बई लख चौबी हज़ार दो बंद ज रिकवर कर चुके हैं यू एस ए भी सोलह लख पचवंजा हज़ार छः सौ सत्तर और अठानवे हज़ार एक सौ पंताली अंबात चार लख अठती हज़ार पांच सौ बाहठ रिकवर ब्राजील तीन लखीफरा टप्पणा कंट्री में जो दूसरी कंट्री होगी है जी और वैसे भी ब्राजील जोड़ा है ये दूसरी नंबर तक दुनिया का आ गया सब करा चुका रसी करास कर चुके हैं ਬ੍ਰਾਜ਼ੀਲ ਦੇ ਵਿੱਚ 340800 ਤੇ 37 ਬੰਦੇ ਨੇ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਕਹਿੰਦਾ ਸੀ ਕਿ ਇੱਕ ਕੋਰੋਨਾ ਨਾ ਦੀ ਕੋਈ ਚੀਜ਼ ਹੈ ਹੀ ਨਹੀਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ ਹੀ ਨਹੀਂ ਇਹ ਸਾਰਾ ਧੋਖਾ ਹੈ ਇਸ ਕਰਕੇ ਉਹਨਾਂ ਨੇ ਬਹੁਤ ਲੇਟ ਕੀਤਾ ਸੀ ਬੰਦ ਕਰਨ ਲਈ ਬੰਦ ਕਰਨ ਲਈ ਲਾਕਡਾਊਨ ਕਰਨ ਲਈ ਆਈਸੋਲੇਸ਼ਨ ਜਬਾਨ ਲਈ ਆਪਣੇ ਆਬਾ ਨੂੰ ਤੇ ਉਹਦਾ ਖਮਿਆਜ਼ਾ ਬਖੂਬੀ ਪੁੱਗਤਰੇ ਨੇ ਤੇ ਰਸ਼ੀਦ ਗੱਲ ਕਰੀਏ 335882 ਸਪੈਨ ਦੀ ਗੱਲ ਕਰੀ 281904 ਯੂਕੇ 257154 ਇਟਾਲੀਆ ਜਿਵੇਂ ਮੈਂ ਤੁਹਾਨੂੰ ਰਿਪੋਰਟ ਦੇ ਚੁੱਕਾ ਹਾਂ ਟੋਟਲ ਹੋ ਗਏ ਨੇ 229327 669 ਬੰਦੇ ਟੋਟਲ ਕੇਸਿਸ ਜਿ 69 ਵੀ ਇਹ 441 ਸਿਰਫ ਲਿਖ ਮਾਰ ਦਿੱਤੇ ਨੇ ਤੇ 32700 35 ਤੇ ਅੱਜ ਦੇ ਕੇਸ ਜਿਹੜੇ ਅਮਵਾਤ ਨੇ ਉਹ 119 ਨੇ ਤੇ ਇਦੇ ਵਿੱਚ ਵੀ ਮੋਸਟਲੀ ਜਿਹੜੇ ਬੰਦੇ ਅਮਾਤ ਨੇ ਇਹ ਲੰਬਾ ਦੇ ਵਿੱਚ ਨੇ 138840 ਰਿਕਵਰ ਹੋ ਚੁੱਕੇ ਨੇ 500 ਤੇ 72 ਬੰਦੇ ਜਿਹੜੇ ਨੇ ਇਹ ਸਖਤ ਬਿਮਾਰ ਨੇ ਇਟਾਲੀ ਦੇ ਵਿੱਚ ਫ੍ਰਾਂਸ 182000 ਪਲਸ ਜਰਮਨੀ 170000 ਪਲਸ ਤੁਰਕੀ 55000 ਪਲਸ ਈਰਾਨ 133000 ਔਰ ਇੰਡੀਆ 131103 ਬੰਦੇ ਹੋ ਚੁੱਕੇ ਨੇ ਇਨਫੈਕਟਡ ਔਰ 6309 ਬੰਦੇ ਆਖਰੀ ਰਿਪੋਰਟ ਦੇ ਵਿੱਚ 3668 ਬੰਦੇ ਫੌਤ ਹੋ ਚੁੱਕੇ ਨੇ ਮਰ ਚੁੱਕੇ ਨੇ ਔਰ 142 ਬੰਦੇ ਜਿਹੜੇ ਨੇ ਇਹ ਇੰਡੀਆ ਦੇ ਵਿੱਚ ਪਿਛਲੇ 24 ਘੰਟਿਆਂ ਵਿੱਚ ਜਿਹੜੇ ਕੇਸਿਸ ਆਏ ਨੇ ਪਰ ਇੰਡੀਆ ਵੀ ਈਰਾਨ ਨੂੰ ਕੱਲ ਤੱਕ ਕ੍ਰਾਸ ਕਰ ਜਾਏਗਾ ਈਰਾਨ ਤੋਂ ਅੱਗੇ ਨਿਕਲ ਜਾਏਗਾ ਸ਼ਾਇਦ ਸ਼ਾਇਦ ਅਰਮ ਕਰੇ ਕਿ ਨਾ ਹੀ ਨਿਕਲੇ ਇਹ ਕੋਈ ਦੌੜੋ ਨਹੀਂ ਹੈ ਕਿ ਜਿੰਨੇ ਇਹਦੇ ਦੇ ਇਹਦੇ ਵਿੱਚ ਨੁਕਸਾਨ ਹੋਣਾ ਤੇ 142 ਆਈ ਦੇ ਕੇਸਿਸ 54298 ਜਿਹੜੇ ਨੇ ਬੰਦੇ ਰਿਕਵਰ ਹੋ ਚੁੱਕੇ ਨੇ 8 ਦਾ 8944 ਜਿਹੜੇ ਨੇ ਇਹ ਇੰਡੀਆ ਦੇ ਵਿੱਚ ਸਖਤ ਬਿਮਾਰ ਨੇ ਪੈਰੂ ਦੀ ਗੱਲ ਕਰੀਏ ਤੇ 111698 3244 ਅੰਬਾਤ ਤੇ ਚਾਇਨਾ ਦੀ ਗੱਲ ਕਰੀਏ ਤੇ ਚਾਇਨਾ ਦੇ ਵਿੱਚ ਲੋ ਜੀ ਅੱਜ ਉਹ ਦਿਨ ਆ ਗਿਆ ਹੈ ਜਿਸ ਦਿਨ ਕੋਈ ਵੀ ਕੇਸ ਅਕਾਊਂਟ ਨਹੀਂ ਹੋਇਆ ਚੈਨਲ ਦੇ ਵਿੱਚ ਅੱਜ ਉਹ ਦਿਨ ਹੈ 82971 ਇਹ ਬੰਦੇ ਖਤਮ ਹੋਣ ਦੀ ਦੇਖ ਰਿਹਾ ਹੈ 82971 ਜਦ ਰਿਕਵਰ ਹੋ ਜਾਣਗੇ ਤਾਂ ਫਿਰ ਚਾਇਨਾ ਬਰੀ ਉਸਮ ਹੈ ਬਾਕੀ ਦੁਨੀਆ ਜਾਣ ਤੇ ਉਹਨਾਂ ਦੇ ਕੰਮ ਸਾਰੀ ਦੁਨੀਆ ਵਿੱਚ ਇਹਨਾਂ ਨੇ ਬਿਲਾ ਦਿੱਤੀ ਹੈ ਲੇਕਿਨ ਆਪਣੇ ਇਹਨਾਂ ਨੇ ਕਵਰ ਕਰ ਲਿਆ ਹੈ 82900 71 ਇਹਦੇ ਵਿੱਚ 4600 ਚੌਥੀ ਅਮਾਤ ਬਾਤਾਂ ਇਹਨਾਂ ਦੇ ਹੋਈ ਨਹੀਂ ਸੀ ਰਿਪੋਰਟ ਕਰਕੇ 78200 257 52 ਬੰਦੇ ਜਿਹੜੇ ਨੇ ਇਹ ਰਿਕਵਰ ਹੋ ਚੁੱਕੇ ਨੇ ਔਰ 9 ਬੰਦੇ ਜਿਹੜੇ ਨੇ ਇਹ ਸਖਤ ਬਿਮਾਰ ਨੇ ਚైనా ਦੇ ਵਿੱਚ ਤੇ ਲੋ ਜੀ ਫਿਲਹਾਲ ਇਤਨਾ ਹੀ ਮਿਲੇਗਾ ਅਗਲੀ ਰਿਪੋਰਟ ਦੇ ਵਿੱਚ ਅਗਲੀ ਵੀਡੀਓ ਵੀ ਤਦ ਤੱਕ ਲਈ ਇਜਾਜ਼ਤ ਦਿਓ ਫਿਰ ਮਿਲਾਂਗੇ